ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇੱਕ ਬਜ਼ੁਰਗ ਗਲੀ ਦੇ ਵਿੱਚ ਤੁਰਿਆ ਜਾ ਰਿਹਾ, ਉਸਦੀ ਪੈਰ ਨੱਪਦੇ ਤਿੰਨ ਲੁਟੇਰੇ ਉਸਦੇ ਪਿੱਛੇ ਪਿੱਛੇ ਜਾ ਰਹੇ ਨੇ ਔਰ ਗਲੀ ਨੂੰ ਸੁੰਨੀ ਦੇਖ ਇਸ ਬਜ਼ੁਰਗ ਨੂੰ ਘੇਰਾ ਪਾ ਲੈਂਦੇ ਨੇ ਔਰ ਇਸਦੀ ਲੁੱਟ ਖੋਹ ਕਰਦੇ ਨੇ। ਜਦੋਂ ਬਜ਼ੁਰਗ ਵਿਰੋਧ ਕਰਦਾ ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਉਸਨੂੰ ਜ਼ਮੀਨ 'ਤੇ ਸੁੱਟ ਦਿੱਤਾ ਜਾਂਦਾ ਔਰ ਇਸਦਾ ਮੋਬਾਈਲ ਅਤੇ ਪੈਸੇ ਖੋਹ ਕੇ ਫਰਾਰ ਹੋ ਜਾਂਦੇ ਨੇ। ਸ਼ਰੇਆਮ ਇਹਨਾਂ ਦੇ ਵੱਲੋਂ ਦਿਨ ਦਿਹਾੜੇ ਲੁੱਟ ਕੀਤੀ ਗਈ। ਛੋਟੀ ਉਮਰ ਦੇ ਇਹ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਬਜ਼ੁਰਗ ਨੂੰ ਧੱਕਾ ਮਾਰ ਕੇ ਥੱਲੇ ਸੁੱਟਿਆ ਗਿਆ, ਫਿਰ ਉਸ ਤੋਂ ਪੈਸੇ ਅਤੇ ਉਸਦਾ ਮੋਬਾਈਲ ਖੋਹਿਆ ਗਿਆ ਸੀ ਸੀ ਟੀ ਵੀ ਤਸਵੀਰਾਂ ਦੇ ਵਿੱਚ ਇਹਨਾਂ ਲੁਟੇਰਿਆਂ ਦੀ ਵਾਰਦਾਤ ਕੈਦ ਹੋਈ ਹੈ। ਬਠਿੰਡੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਨੌਰਥ ਸਟੇਟ ਗਲੀ ਨੰਬਰ 1-2 ਦੇ ਵਿੱਚ ਸ਼ਰੇਆਮ ਲੁੱਟ ਕੀਤੀ ਗਈ। ਸ਼ਰੇਆਮ ਇਹਨਾਂ ਦੇ ਵੱਲੋਂ ਚਿੱਟੇ ਦਿਨ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਕੋਈ ਪਹਿਲੀਆਂ ਤਸਵੀਰਾਂ ਨਹੀਂ, ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਅਜਿਹੇ ਲੁਟੇਰਿਆਂ ਦੇ ਵੱਲੋਂ ਲੋਕਾਂ ਦੇ ਵਿੱਚ ਡਰ ਪੈਦਾ ਕੀਤਾ ਹੋਇਆ। ਆਏ ਦਿਨ ਇਹਨਾਂ ਦੇ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਤਾਂ ਹੁਣ ਆਮ ਲੋਕ ਕਿਤੇ ਵੀ ਸੁਰੱਖਿਅਤ ਨਹੀਂ। ਘਰਾਂ ਦੇ ਵਿੱਚ ਇਹ ਲੁਟੇਰੇ ਵੜਦੇ ਨੇ, ਜੇ ਲੋਕ ਬਾਹਰ ਆ ਜਾਂਦੇ ਨੇ ਤਾਂ ਉਹਨਾਂ ਤੋਂ ਲੁੱਟ ਖੋਹ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ। ਤਾਂ ਇਹ ਤਿੰਨ ਲੁਟੇਰੇ ਨੇ ਜਿਨ੍ਹਾਂ ਦੀ ਉਮਰ ਵੀ ਛੋਟੀ ਹੈ। ਇਹਨਾਂ ਦੇ ਵੱਲੋਂ ਇੱਕ ਬਜ਼ੁਰਗ ਨੂੰ ਧੱਕਾ ਮਾਰ ਕੇ ਥੱਲੇ ਸੁੱਟਿਆ ਗਿਆ, ਪਹਿਲਾਂ ਤੋਂ ਹੀ ਪੈਰ ਨੱਪੀ ਗਈ, ਪਿੱਛੇ ਪਿੱਛੇ ਤੁਰੇ ਆ ਰਹੇ ਸੀ। ਜਿਉਂ ਹੀ ਗਲੀ ਸੁੰਨੀ ਹੋਈ ਤਾਂ ਇਹਨਾਂ ਦੇ ਵੱਲੋਂ ਬਜ਼ੁਰਗ ਨੂੰ ਘੇਰਾ ਪਾਇਆ ਗਿਆ। ਜਦੋਂ ਵਿਰੋਧ ਕੀਤਾ ਤਾਂ ਉਸਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ। ਥੱਲੇ ਪਏ ਬਜ਼ੁਰਗ ਦੇ ਜੇਬ ਦੇ ਵਿੱਚੋਂ ਪੈਸੇ ਅਤੇ ਮੋਬਾਈਲ ਖੋਹ ਕੇ ਇਹ ਲੁਟੇਰੇ ਫਰਾਰ ਹੋ ਗਏ ਨੇ। ਬਠਿੰਡਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਨੌਰਥ ਸਟੇਟ ਗਲੀ ਨੰਬਰ 1-2 ਦੇ ਵਿੱਚ ਸ਼ਰੇਆਮ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇੱਕ ਬਜ਼ੁਰਗ ਗਲੀ ਦੇ ਵਿੱਚ ਤੁਰਿਆ ਜਾ ਰਿਹਾ, ਉਸਦੀ ਪੈਰ ਨੱਪਦੇ ਤਿੰਨ ਲੁਟੇਰੇ ਉਸਦੇ ਪਿੱਛੇ ਪਿੱਛੇ ਜਾ ਰਹੇ ਨੇ ਔਰ ਗਲੀ ਨੂੰ ਸੁੰਨੀ ਦੇਖ ਇਸ ਬਜ਼ੁਰਗ ਨੂੰ ਘੇਰਾ ਪਾ ਲੈਂਦੇ ਨੇ ਔਰ ਇਸਦੀ ਲੁੱਟ ਖੋਹ ਕਰਦੇ ਨੇ। ਜਦੋਂ ਬਜ਼ੁਰਗ ਵਿਰੋਧ ਕਰਦਾ ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਉਸਨੂੰ ਜ਼ਮੀਨ 'ਤੇ ਸੁੱਟ ਦਿੱਤਾ ਜਾਂਦਾ ਔਰ ਇਸਦਾ ਮੋਬਾਈਲ ਅਤੇ ਪੈਸੇ ਖੋਹ ਕੇ ਫਰਾਰ ਹੋ ਜਾਂਦੇ ਨੇ। ਸ਼ਰੇਆਮ ਇਹਨਾਂ ਦੇ ਵੱਲੋਂ ਦਿਨ ਦਿਹਾੜੇ ਲੁੱਟ ਕੀਤੀ ਗਈ। ਛੋਟੀ ਉਮਰ ਦੇ ਇਹ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਬਜ਼ੁਰਗ ਨੂੰ ਧੱਕਾ ਮਾਰ ਕੇ ਥੱਲੇ ਸੁੱਟਿਆ ਗਿਆ, ਫਿਰ ਉਸ ਤੋਂ ਪੈਸੇ ਅਤੇ ਉਸਦਾ ਮੋਬਾਈਲ ਖੋਹਿਆ ਗਿਆ ਸੀ ਸੀ ਟੀ ਵੀ ਤਸਵੀਰਾਂ ਦੇ ਵਿੱਚ ਇਹਨਾਂ ਲੁਟੇਰਿਆਂ ਦੀ ਵਾਰਦਾਤ ਕੈਦ ਹੋਈ ਹੈ। ਬਠਿੰਡੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਨੌਰਥ ਸਟੇਟ ਗਲੀ ਨੰਬਰ 1-2 ਦੇ ਵਿੱਚ ਸ਼ਰੇਆਮ ਲੁੱਟ ਕੀਤੀ ਗਈ। ਸ਼ਰੇਆਮ ਇਹਨਾਂ ਦੇ ਵੱਲੋਂ ਚਿੱਟੇ ਦਿਨ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਕੋਈ ਪਹਿਲੀਆਂ ਤਸਵੀਰਾਂ ਨਹੀਂ, ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਅਜਿਹੇ ਲੁਟੇਰਿਆਂ ਦੇ ਵੱਲੋਂ ਲੋਕਾਂ ਦੇ ਵਿੱਚ ਡਰ ਪੈਦਾ ਕੀਤਾ ਹੋਇਆ। ਆਏ ਦਿਨ ਇਹਨਾਂ ਦੇ ਵੱਲੋਂ ਲੋਕਾਂ ਨੂੰ
ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਹੁਣ ਆਮ ਲੋਕ ਕਿਤੇ ਵੀ ਸੁਰੱਖਿਅਤ ਨਹੀਂ। ਘਰਾਂ ਦੇ ਵਿੱਚ ਇਹ ਲੁਟੇਰੇ ਵੜਦੇ ਨੇ, ਜੇ ਲੋਕ ਬਾਹਰ ਆ ਜਾਂਦੇ ਨੇ ਤਾਂ ਉਹਨਾਂ ਤੋਂ ਲੁੱਟਖੋ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ। ਤਾਂ ਇਹ ਤਿੰਨ ਲੁਟੇਰੇ ਨੇ ਜਿਨ੍ਹਾਂ ਦੀ ਉਮਰ ਵੀ ਛੋਟੀ ਹੈ। ਇਹਨਾਂ ਦੇ ਵੱਲੋਂ ਇੱਕ ਬਜ਼ੁਰਗ ਨੂੰ ਧੱਕਾ ਮਾਰ ਕੇ ਥੱਲੇ ਸੁੱਟਿਆ ਗਿਆ। ਪਹਿਲਾਂ ਤੋਂ ਹੀ ਪੈਰ ਨੱਪੀ ਗਈ, ਪਿੱਛੇ ਪਿੱਛੇ ਤੁਰੇ ਆ ਰਹੇ ਸੀ। ਜਿਉਂ ਹੀ ਗਲੀ ਸੁੰਨੀ ਹੋਈ ਤਾਂ ਇਹਨਾਂ ਦੇ ਵੱਲੋਂ ਬਜ਼ੁਰਗ ਨੂੰ ਘੇਰਾ ਪਾਇਆ ਗਿਆ। ਜਦੋਂ ਵਿਰੋਧ ਕੀਤਾ ਤਾਂ ਉਸਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ। ਥੱਲੇ ਪਏ ਬਜ਼ੁਰਗ ਦੇ ਜੇਬ ਦੇ ਵਿੱਚੋਂ ਪੈਸੇ ਅਤੇ ਮੋਬਾਈਲ ਖੋਹ ਕੇ ਇਹ ਲੁਟੇਰੇ ਫਰਾਰ ਹੋ ਗਏ ਨੇ। ਬਠਿੰਡਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਨੌਰਥ ਸਟੇਟ ਗਲੀ ਨੰਬਰ 1-2 ਦੇ ਵਿੱਚ ਸ਼ਰੇਆਮ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇੱਕ ਬਜ਼ੁਰਗ ਗਲੀ ਦੇ ਵਿੱਚ ਤੁਰਿਆ ਜਾ ਰਿਹਾ, ਉਸਦੀ ਪੈਰ ਨੱਪਦੇ ਤਿੰਨ ਲੁਟੇਰੇ ਉਸਦੇ ਪਿੱਛੇ ਪਿੱਛੇ ਜਾ ਰਹੇ ਨੇ, ਔਰ ਗਲੀ ਨੂੰ ਸੁੰਨੀ ਦੇਖ ਇਸ ਬਜ਼ੁਰਗ ਨੂੰ ਘੇਰਾ ਪਾ ਲੈਂਦੇ ਨੇ ਔਰ ਇਸਦੀ ਲੁੱਟਖੋ ਕਰਦੇ ਨੇ। ਜਦੋਂ ਬਜ਼ੁਰਗ ਵਿਰੋਧ ਕਰਦਾ ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਉਸਨੂੰ ਜ਼ਮੀਨ 'ਤੇ ਸੁੱਟ ਦਿੱਤਾ ਜਾਂਦਾ ਔਰ ਇਸਦਾ ਮੋਬਾਈਲ ਅਤੇ ਪੈਸੇ ਖੋਹ ਕੇ ਫਰਾਰ ਹੋ ਜਾਂਦੇ ਨੇ। ਸ਼ਰੇਆਮ ਇਹਨਾਂ ਦੇ ਵੱਲੋਂ ਦਿਨ ਦਿਹਾੜੇ ਲੁੱਟ ਕੀਤੀ ਗਈ। ਛੋਟੀ ਉਮਰ ਦੇ ਇਹ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਬਜ਼ੁਰਗ ਨੂੰ ਧੱਕਾ ਮਾਰ ਕੇ ਥੱਲੇ ਸੁੱਟਿਆ ਗਿਆ, ਫਿਰ ਉਸ ਤੋਂ ਪੈਸੇ ਅਤੇ ਉਸਦਾ ਮੋਬਾਈਲ ਖੋਹਿਆ ਗਿਆ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹਨਾਂ ਲੁਟੇਰਿਆਂ ਦੀ ਵਾਰਦਾਤ ਕੈਦ ਹੋਈ ਹੈ। ਬਠਿੰਡੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਨੌਰਥ ਸਟੇਟ ਗਲੀ ਨੰਬਰ 1-2 ਦੇ ਵਿੱਚ ਸ਼ਰੇਆਮ ਲੁੱਟ ਕੀਤੀ ਗਈ। ਸ਼ਰੇਆਮ ਇਹਨਾਂ ਦੇ ਵੱਲੋਂ ਚਿੱਟੇ ਦਿਨ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਕੋਈ ਪਹਿਲੀਆਂ ਤਸਵੀਰਾਂ ਨਹੀਂ, ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਅਜਿਹੇ ਲੁਟੇਰਿਆਂ ਦੇ ਵੱਲੋਂ ਲੋਕਾਂ ਦੇ ਵਿੱਚ ਡਰ ਪੈਦਾ ਕੀਤਾ ਹੋਇਆ। ਆਏ ਦਿਨ ਇਹਨਾਂ ਦੇ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਹੁਣ ਆਮ ਲੋਕ ਕਿਤੇ ਵੀ ਸੁਰੱਖਿਅਤ ਨਹੀਂ। ਘਰਾਂ ਦੇ ਵਿੱਚ ਇਹ ਲੁਟੇਰੇ ਵੜਦੇ ਨੇ, ਜੇ ਲੋਕ ਬਾਹਰ ਆ ਜਾਂਦੇ ਨੇ ਤਾਂ ਉਹਨਾਂ ਤੋਂ ਲੁੱਟਖੋ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ। ਤਾਂ ਇਹ ਤਿੰਨ ਲੁਟੇਰੇ ਨੇ ਜਿਨ੍ਹਾਂ ਦੀ ਉਮਰ ਵੀ ਛੋਟੀ ਹੈ। ਇਹਨਾਂ ਦੇ ਵੱਲੋਂ ਇੱਕ ਬਜ਼ੁਰਗ ਨੂੰ ਧੱਕਾ ਮਾਰ ਕੇ ਥੱਲੇ ਸੁੱਟਿਆ ਗਿਆ। ਪਹਿਲਾਂ ਤੋਂ ਹੀ ਪੈਰ ਨੱਪੀ ਗਈ, ਪਿੱਛੇ ਪਿੱਛੇ ਤੁਰੇ ਆ ਰਹੇ ਸੀ। ਜਿਉਂ ਹੀ ਗਲੀ ਸੁੰਨੀ ਹੋਈ ਤਾਂ ਇਹਨਾਂ ਦੇ ਵੱਲੋਂ ਬਜ਼ੁਰਗ ਨੂੰ ਘੇਰਾ ਪਾਇਆ ਗਿਆ। ਜਦੋਂ ਵਿਰੋਧ ਕੀਤਾ ਤਾਂ ਉਸਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ। ਥੱਲੇ ਪਏ ਬਜ਼ੁਰਗ ਦੇ ਜੇਬ ਦੇ ਵਿੱਚੋਂ ਪੈਸੇ ਅਤੇ ਮੋਬਾਈਲ ਖੋਹ ਕੇ ਇਹ ਲੁਟੇਰੇ ਫਰਾਰ ਹੋ ਗਏ ਨੇ। ਬਠਿੰਡਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਨੌਰਥ ਸਟੇਟ ਗਲੀ ਨੰਬਰ 1-2 ਦੇ ਵਿੱਚ ਸ਼ਰੇਆਮ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ। Thank you.
ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇੱਕ ਬਜ਼ੁਰਗ ਗਲੀ ਦੇ ਵਿੱਚ ਤੁਰਿਆ ਜਾ ਰਿਹਾ, ਉਸਦੀ ਪੈਰ ਨੱਪਦੇ ਤਿੰਨ ਲੁਟੇਰੇ ਉਸਦੇ ਪਿੱਛੇ ਪਿੱਛੇ ਜਾ ਰਹੇ ਨੇ ਔਰ ਗਲੀ ਨੂੰ ਸੁੰਨੀ ਦੇਖ ਇਸ ਬਜ਼ੁਰਗ ਨੂੰ ਘੇਰਾ ਪਾ ਲੈਂਦੇ ਨੇ ਔਰ ਇਸਦੀ ਲੁੱਟ ਖੋਹ ਕਰਦੇ ਨੇ। ਜਦੋਂ ਬਜ਼ੁਰਗ ਵਿਰੋਧ ਕਰਦਾ ਤਾਂ ਇਹਨਾਂ ਲੁਟੇਰਿਆਂ ਦੇ ਵੱਲੋਂ ਉਸਨੂੰ ਜ਼ਮੀਨ 'ਤੇ ਸੁੱਟ ਦਿੱਤਾ ਜਾਂਦਾ ਔਰ ਇਸਦਾ ਮੋਬਾਈਲ ਅਤੇ ਪੈਸੇ ਖੋਹ ਕੇ ਫਰਾਰ ਹੋ ਜਾਂਦੇ ਨੇ। ਸ਼ਰੇਆਮ ਇਹਨਾਂ ਦੇ ਵੱਲੋਂ ਦਿਨ ਦਿਹਾੜੇ ਲੁੱਟ ਕੀਤੀ ਗਈ। ਛੋਟੀ ਉਮਰ ਦੇ ਇਹ ਨੌਜਵਾਨ ਨੇ ਜਿਨ੍ਹਾਂ ਦੇ ਵੱਲੋਂ ਬਜ਼ੁਰਗ ਨੂੰ ਧੱਕਾ ਮਾਰ ਕੇ ਥੱਲੇ ਸੁੱਟਿਆ ਗਿਆ, ਫਿਰ ਉਸ ਤੋਂ ਪੈਸੇ ਅਤੇ ਉਸਦਾ ਮੋਬਾਈਲ ਖੋਹ ਲਿਆ ਗਿਆ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹਨਾਂ ਲੁਟੇਰਿਆਂ ਦੀ ਵਾਰਦਾਤ ਕੈਦ ਹੋਈ ਹੈ। ਬਠਿੰਡੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਨੌਰਥ ਸਟੇਟ ਗਲੀ ਨੰਬਰ 1-2 ਦੇ ਵਿੱਚ ਸ਼ਰੇਆਮ ਲੁੱਟ ਕੀਤੀ ਗਈ। ਸ਼ਰੇਆਮ ਇਹਨਾਂ ਦੇ ਵੱਲੋਂ ਚਿੱਟੇ ਦਿਨ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਕੋਈ ਪਹਿਲੀਆਂ ਤਸਵੀਰਾਂ ਨਹੀਂ, ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਅਜਿਹੇ ਲੁਟੇਰਿਆਂ ਦੇ ਵੱਲੋਂ ਲੋਕਾਂ ਦੇ ਵਿੱਚ ਡਰ ਪੈਦਾ ਕੀਤਾ ਹੋਇਆ। ਆਏ ਦਿਨ ਇਹਨਾਂ ਦੇ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਤਾਂ ਹੁਣ ਆਮ ਲੋਕ ਕਿਤੇ ਵੀ ਸੁਰੱਖਿਅਤ ਨਹੀਂ। ਘਰਾਂ ਦੇ ਵਿੱਚ ਇਹ ਲੁਟੇਰੇ ਵੜਦੇ ਨੇ, ਜੇ ਲੋਕ ਬਾਹਰ ਆ ਜਾਂਦੇ ਨੇ ਤਾਂ ਉਹਨਾਂ ਤੋਂ ਲੁੱਟ ਖੋਹ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ। ਤਾਂ ਇਹ ਤਿੰਨ ਲੁਟੇਰੇ ਨੇ ਜਿਨ੍ਹਾਂ ਦੀ ਉਮਰ ਵੀ ਛੋਟੀ ਹੈ। ਇਹਨਾਂ ਦੇ ਵੱਲੋਂ ਇੱਕ ਬਜ਼ੁਰਗ ਨੂੰ ਧੱਕਾ ਮਾਰ ਕੇ ਥੱਲੇ ਸੁੱਟਿਆ ਗਿਆ, ਪਹਿਲਾਂ ਤੋਂ ਹੀ ਪੈਰ ਨੱਪੀ ਗਈ, ਪਿੱਛੇ ਪਿੱਛੇ ਤੁਰੇ ਆ ਰਹੇ ਸੀ। ਜਿਉਂ ਹੀ ਗਲੀ ਸੁੰਨੀ ਹੋਈ ਤਾਂ ਇਹਨਾਂ ਦੇ ਵੱਲੋਂ ਬਜ਼ੁਰਗ ਨੂੰ ਘੇਰਾ ਪਾਇਆ ਗਿਆ। ਜਦੋਂ ਵਿਰੋਧ ਕੀਤਾ ਤਾਂ ਉਸਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ। ਥੱਲੇ ਪਏ ਬਜ਼ੁਰਗ ਦੇ ਜੇਬ ਦੇ ਵਿੱਚੋਂ ਪੈਸੇ ਅਤੇ ਮੋਬਾਈਲ ਖੋਹ ਕੇ ਇਹ ਲੁਟੇਰੇ ਫਰਾਰ ਹੋ ਗਏ ਨੇ। ਬਠਿੰਡਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਨੌਰਥ ਸਟੇਟ ਗਲੀ ਨੰਬਰ 1-2 ਦੇ ਵਿੱਚ ਸ਼ਰੇਆਮ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਕੀਤੀ ਗਈ।